ਲੁਧਿਆਣਾ ਸਿਟੀ ਲਾਈਵ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਦਰਸ਼ਕੋ, ਜਿਵੇਂ ਅਸੀਂ ਜਾਣਦੇ ਹਾਂ, ਜਿਵੇਂ ਅੱਜ ਕੱਲ੍ਹ ਦੇ ਹਾਲਾਤ ਚੱਲ ਰਹੇ ਨੇ, ਸਾਡੇ ਦੇਸ਼ ਦੇ ਹਾਲਾਤ ਚੱਲ ਰਹੇ ਨੇ, ਕਰੋਨਾ ਮਹਾਮਾਰੀ ਨਾਲ ਬਹੁਤ ਸਾਰੇ ਪੀੜਤ ਨੇ ਸਾਡੇ ਦੇਸ਼ ਦੇ ਨਾਗਰਿਕ, ਅਤੇ ਬਹੁਤ ਹੀ PTC ਨਿਊਜ਼ 'ਤੇ ਵੀ ਆ ਰਹੀਆਂ ਨੇ, ਸਾਨੂੰ ਵਟਸਐਪ 'ਤੇ ਵੀ ਬੜੇ ਮੈਸੇਜ ਆ ਰਹੇ ਨੇ ਕਿ ਜਿਹੜੀਆਂ ਦਵਾਈਆਂ ਨੇ ਜਾਂ ਰਿਪੋਰਟਾਂ ਨੇ ਉਹਨਾਂ ਦੇ ਵਿੱਚ ਘਪਲੇਬਾਜ਼ੀ ਹੋ ਰਹੀ ਹੈ। ਇੰਜੈਕਸ਼ਨ ਜਿਹੜੇ ਲਵਾ ਰਹੇ ਨੇ ਉਹਦੇ ਵਿੱਚ ਵੀ ਬੜੇ ਦੁਚਿੱਤੀ 'ਚ ਫਸੇ ਹੋਏ ਨੇ ਸਾਡੇ ਨਾਗਰਿਕ, ਉਹ ਕਰਨ ਤਾਂ ਕੀ ਕਰਨ। ਇਹ ਸਾਰੀਆਂ ਗੱਲਾਂ ਦੇ ਅਸੀਂ ਜਵਾਬ ਸਰਦਾਰ ਪ੍ਰਦੀਪ ਸਿੰਘ ਜੀ ਤੋਂ ਲੈਣੇ ਨੇ। ਸਰਦਾਰ ਪ੍ਰਦੀਪ ਸਿੰਘ ਜੀ, ਤੁਹਾਡਾ ਇਸ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ। ਤੁਸੀਂ ਸਾਡੇ ਨਾਗਰਿਕਾਂ ਨੂੰ, ਦਰਸ਼ਕਾਂ ਨੂੰ ਇਹ ਦੱਸੋ ਕਿ ਉਹ ਦੁਚਿੱਤੀ 'ਚ ਫਸੇ ਹੋਏ ਨੇ, ਟੀਕੇ ਲਵਾਉਣ ਜਾਂ ਨਾ ਲਵਾਉਣ, ਕੁਛ ਰਿਪੋਰਟਾਂ ਬਾਰੇ, ਗਲਤ ਰਿਪੋਰਟਾਂ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਹੈ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਦੇਖੋ, ਇੱਕ ਤਾਂ ਪਹਿਲਾਂ ਤਾਂ ਮੈਂ ਸਰਕਾਰਾਂ ਦੀ ਜਿਹੜੀ ਗੱਲ ਕਰਾਂ, ਜੀ, ਸਰਕਾਰਾਂ ਨੂੰ ਕੋਈ ਸਖਤ ਕਦਮ ਲੈਣੇ ਪੈਣੇ ਆ, ਜੀ, ਕੋਈ ਸਖਤ ਕਦਮ ਜਿਹੜੇ ਆ ਚੁੱਕਣੇ ਪੈਣੇ ਆ, ਚਾਹੇ ਕੇਂਦਰ ਸਰਕਾਰ ਆ ਚਾਹੇ ਪੰਜਾਬ ਸਰਕਾਰ। ਕਿਉਂਕਿ ਦੇਖੋ, ਇੱਕ ਆਮ ਆਦਮੀ ਨੂੰ ਨਹੀਂ ਪਤਾ ਵੀ ਕੋਈ ਟੀਕਾ ਅਸਲੀ ਆ ਜਾਂ ਨਕਲੀ ਆ, ਨਹੀਂ ਪਤਾ ਲੱਗ ਸਕਦਾ। ਅਤੇ ਰਿਪੋਰਟਾਂ ਵੀ ਜਿਹੜੀਆਂ ਆਪਾਂ PTC ਚੈਨਲ 'ਤੇ ਦੇਖਿਆ ਜਾਂ ਹੋਰ ਵਟਸਐਪ 'ਤੇ ਵੀ ਆਇਆ ਵੀ ਰਿਪੋਰਟਾਂ ਪੈਸੇ ਦੇ ਕੇ ਉਹ ਨੈਗਟਿਵ ਤੋਂ ਪੋਜ਼ਿਟਿਵ, ਪੋਜ਼ਿਟਿਵ ਤੋਂ ਨੈਗਟਿਵ ਬਣਾ ਰਿਹਾ। ਇਹੋ ਜਿਹੜੇ ਕੰਮ ਕਰਦੇ ਆ ਉਹਨਾਂ 'ਤੇ ਪਹਿਲਾਂ ਤਾਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਕਿ ਦੂਸਰਾ ਕੋਈ ਇਹੋ ਜਿਹਾ ਕੰਮ ਨਾ ਕਰ ਸਕੇ। ਸਰਕਾਰਾਂ ਨੂੰ ਸਭ ਤੋਂ ਪਹਿਲਾਂ ਇਹ ਪ੍ਰਾਇਓਰਟੀ ਦੇਣੀ ਚਾਹੀਦੀ ਆ, ਉਹ ਪੂਰੇ ਦਾ ਪੂਰਾ ਗੈਂਗ ਫੜ ਕੇ ਉਹਨਾਂ ਨੂੰ ਇੰਨੀ ਸਖਤ ਸਜ਼ਾ ਮਿਲਣੀ ਚਾਹੀਦੀ ਆ ਕਿ ਦੂਜਾ ਬੰਦਾ ਹੋਰ ਕਰਨ ਤੋਂ ਕਤਰਾਵੇ, ਡਰੇ, ਡਰ ਪੈਣਾ ਚਾਹੀਦਾ, ਠੀਕ ਹੈ ਨਾ ਜੀ। ਅਤੇ ਉਸ ਤੋਂ ਬਾਅਦ ਜਿਹੜੇ ਟੀਕੇ ਫੜੇ ਗਏ ਆ, ਉਹ ਗੈਂਗ ਛੋਟਾ ਮੋਟਾ ਨਹੀਂ ਆਉਣਾ, ਗੈਂਗ ਬਹੁਤ ਵੱਡਾ ਹੋਊਗਾ। ਉਹ ਸਾਰਾ ਫੜ ਕੇ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਪਤਾ ਲੱਗੇ ਵੀ ਇਹਨੂੰ ਇਹਨਾਂ ਨੂੰ ਇਹ ਸਜ਼ਾ ਮਿਲੀ ਆ, ਤਾਂ ਕਿ ਉਹ ਇਹੋ ਜਿਹੇ ਗੈਂਗ ਦੁਬਾਰਾ ਪੈਦਾ ਨਾ ਹੋਣ, ਠੀਕ ਹੈ ਜੀ। ਅਤੇ ਇਸੇ ਤਰ੍ਹਾਂ ਜਿਵੇਂ ਇਹ ਦੂਜੀ ਗੱਲ, ਹੁਣ ਤੁਸੀਂ ਟੀਕੇ ਤਾਂ ਜ਼ਰੂਰ ਲਵਾਉਣੇ ਚਾਹੀਦੇ ਆ, ਪਰ ਉਹ ਪਹਿਲਾਂ ਵੈਰੀਫਾਈ ਕਰ ਲੈਣ ਵੀ ਜਿਹੜੀ ਟੀਕੇ ਲੱਗ ਰਹੇ ਨੇ ਆਪਾਂ ਨੂੰ, ਵੀ ਜਿਹੜੀ ਉਹ ਦਵਾਈ ਆ ਜਾਂ ਟੀਕੇ ਲੱਗ ਰਹੇ ਨੇ ਵਾਕਈ ਸਹੀ ਆ। ਜੇ ਆਮ ਬੰਦਾ ਇਸ ਤਰ੍ਹਾਂ ਪਤਾ ਕਰ ਸਕਦਾ, ਪਹਿਲਾਂ ਦੇਖੋ 500 ਨੂੰ ਲੱਗ ਜਾਵੇ, ਉਸ ਤੋਂ ਬਹੁਤ ਬਾਅਦ ਲਵਾਓ, ਤਾਂ ਕਿ ਉਹ ਜਿਹੜਾ ਹੈਗਾ ਡਰ ਜਿਹਾ ਨਿਕਲ ਜਾਵੇ। ਪ੍ਰਦੀਪ ਜੀ, ਇੱਕ ਗੱਲ ਮੈਂ ਹੋਰ ਕਹਿਣਾ ਚਾਹੂੰਗੀ, ਕਈ ਵਾਰੀ ਹੁੰਦਾ ਹੈ ਵੀ ਸਾਡੇ ਦਰਸ਼ਕਾਂ ਦੀਆਂ ਅਖਬਾਰਾਂ ਦੀ ਸੁਰਖੀਆਂ 'ਚ ਵੀ ਬਣੇ ਆ, PTC ਨਿਊਜ਼ 'ਤੇ ਵੀ ਖਬਰਾਂ ਆਈਆਂ ਨੇ ਵੀ ਟੀਕਾ ਲਵਾਉਣ ਤੋਂ ਬਾਅਦ ਵੀ ਇਨਸਾਨ ਦੀ ਮੌਤ ਹੋ ਜਾਂਦੀ ਹੈ। ਆਪਾਂ ਇਸ ਚੀਜ਼ ਨੂੰ ਕੀ ਕਹਾਂਗੇ ਕਿ ਟੀਕਾ ਲਵਾ ਕੇ ਅਸੀਂ ਸੁਰੱਖਿਅਤ ਹੋ ਗਏ, ਮਤਲਬ 100% ਸੁਰੱਖਿਅਤ ਹੋ ਗਏ, ਇਹ ਕੌਣ ਇਨਸ਼ੋਰ ਕਰੂਗਾ? ਇਹ ਜਿਹੜੇ ਤੁਸੀਂ ਸੋਚਣਾ ਚਾਹੁੰਦੇ ਵੀ ਕਾਰਵਾਈ ਹੋਣੀ ਚਾਹੀਦੀ, ਇਹ ਕਾਰਵਾਈ ਸਾਡੇ ਜਿਹੜੇ ਹੈਗੇ ਨੇ ਡਾਕਟਰਾਂ 'ਤੇ ਜਾਂ ਜਿਹੜੇ ਟੈਸਟ ਕਰਦੇ ਉਹਨਾਂ 'ਤੇ, ਇਹ ਕਾਰਵਾਈ ਕੌਣ ਕਰੇ? ਦੇਖੋ, ਬੜਾ ਵਧੀਆ ਵਿਜੀਲੈਂਸ ਨੇ ਜਿਹੜਾ ਆਪਣਾ ਰੋਲ ਅਦਾ ਕੀਤਾ, ਉਹਨਾਂ ਨੇ PTC ਜਿਵੇਂ ਦਿਖਾਇਆ, ਉਹਨਾਂ ਨੇ ਕਿਵੇਂ ਫੜਿਆ, ਉਹਨਾਂ ਨੇ ਯਾਨੀ ਕਿ ਇੱਕ ਬੰਦੇ ਨੂੰ ਭੇਜਿਆ, ਠੀਕ ਹੈ ਨਾ ਜੀ। ਉਹਨੇ ਫੋਨ ਕਰਕੇ ਕਿਹਾ ਵੀ ਮੈਨੂੰ ਮੈਂ ਪਰੋਲ 'ਤੇ ਬਾਹਰ ਆਇਆ ਹੋਇਆ ਵੀ ਮੈਨੂੰ ਜਿਹੜਾ ਕਰੋਨਾ ਪੋਜ਼ੀਟਿਵ ਦੀ ਰਿਪੋਰਟ ਚਾਹੀਦੀ ਆ। ਪੁਲਿਸ ਵਾਲਿਆਂ ਨੇ ਉਹ ਬੰਦਾ ਭੇਜਿਆ, ਉਹਨਾਂ ਕੀ ਆ ਟਰੇਸ ਕੀਤਾ, ਉਹਨਾਂ ਨੇ ਸਟਿੰਗ ਆਪਰੇਸ਼ਨ ਕੀਤਾ ਉਹਨੇ, ਅਤੇ ਉਹਦੇ ਵਿੱਚ ਉਹ ਗੈਂਗ ਜਿਹੜਾ ਫੜਿਆ ਗਿਆ, ਠੀਕ ਹੈ ਨਾ ਜੀ। ਅਤੇ ਇਸ ਤਰ੍ਹਾਂ ਯਾਨੀ ਕਿ ਜਿਹੜੇ ਇਹ ਜੇ ਕਿਤੇ ਵੀ ਤੁਹਾਨੂੰ ਸ਼ੱਕ ਆ ਵੀ ਇੱਥੇ ਜਿਹੜੇ ਪੋਜ਼ੀਟਿਵ ਤੋਂ ਨੈਗਟਿਵ, ਨੈਗਟਿਵ ਤੋਂ ਪੋਜ਼ੀਟਿਵ ਹੁੰਦੇ ਆ, ਤਾਂ ਸਾਡੇ ਨੰਬਰਾਂ 'ਤੇ ਵੀ ਕੰਟੈਕਟ ਕਰ ਸਕਦੇ ਹੋ, ਤੁਸੀਂ ਪੁਲਿਸ ਵਾਲਿਆਂ ਨੂੰ ਵੀ ਕੰਟੈਕਟ ਕਰ ਸਕਦੇ ਹੋ, CBI ਪੁਲਿਸ ਤੁਹਾਡੇ ਨਾਲ ਸਾਥ ਦੇਗੀ ਇਹੋ ਜਿਹੇ ਬੰਦਿਆਂ ਨੂੰ ਫੜਨ 'ਚ। ਸਾਡੇ ਆਮ ਨਾਗਰਿਕਾਂ ਨੂੰ ਵੀ ਨਾਲ ਸਾਥ ਦੇਣਾ ਪੈਣਾ, ਇਕੱਲੀ ਪੁਲਿਸ ਨਹੀਂ, ਸਰਕਾਰਾਂ ਨਹੀਂ ਕਰ ਸਕਦੀਆਂ, ਆਪਾਂ ਨੂੰ ਆਪ ਵੀ ਚੁਕੰਨੇ ਹੋਣਾ ਪੈਣਾ। ਹਾਂਜੀ, ਜਿਵੇਂ ਅਸੀਂ ਦੇਖਦੇ ਹਾਂ ਵੀ ਕਿਸੇ ਗੱਲ ਨੂੰ ਹਾਈਲਾਈਟ ਕਰਨ ਲਈ ਜਿਵੇਂ ਸਾਡੇ ਦੇਸ਼ ਦੇ ਵਿੱਚ ਘਪਲੇਬਾਜ਼ੀ ਹੋ ਰਹੀ ਹੈ, ਮਰੀਜ਼ਾਂ ਨਾਲ ਧੱਕਾ ਹੋ ਰਿਹਾ, ਅਤੇ ਇੱਕ ਮੀਡੀਆ ਦਾ ਬਹੁਤ ਵੱਡਾ ਰੋਲ ਹੁੰਦਾ, ਜਿਵੇਂ ਅੱਜ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਹੋ ਕੇ ਪ੍ਰੋਗਰਾਮ ਕਰ ਰਹੇ ਹਾਂ, ਦਰਸ਼ਕਾਂ ਨੂੰ ਜਾਗਰੂਕ ਕਰਦੇ ਹਾਂ, ਅਤੇ ਇਸ ਬਾਰੇ ਤੁਸੀਂ ਮੀਡੀਆ ਬਾਰੇ ਕੀ ਕਹਿਣਾ ਚਾਹੋਗੇ ਵੀ ਕੀ ਮੀਡੀਆ ਦਾ ਕੀ ਰੋਲ ਹੋਣਾ ਚਾਹੀਦਾ? ਹਰ ਚੀਜ਼ ਸਾਨੂੰ ਬਿਲਕੁਲ ਐਨ ਪਾਰਦਰਸ਼ੀ ਹੋਣੀ ਚਾਹੀਦੀ ਹੈ, ਤਾਂ ਕਿ ਸਾਡੇ ਜਿਹੜੇ ਨਾਗਰਿਕ ਨੇ ਮਨੁੱਖਤਾ ਨਾਲ ਘਾਣ ਨਾ ਹੋਵੇ, ਔਰ ਜਿਹੜੀ ਟਰਾਂਸਪੇਰੈਂਸੀ ਉਹ ਸਾਰਿਆਂ ਦੇ ਸਾਹਮਣੇ ਨਜ਼ਰ ਆਵੇ, ਕਿਸੇ ਨੂੰ ਕਿਸੇ ਗੱਲ ਦਾ ਗਿਲਾ ਸ਼ਿਕਵਾ ਨਾ ਹੋਵੇ। ਦੇਖੋ ਜੀ, ਇੱਕ ਤਾਂ ਸਰਕਾਰਾਂ ਨੂੰ ਥੋੜ੍ਹਾ ਸਖਤ ਨੋਟਿਸ ਲੈਣੇ ਚਾਹੀਦੇ ਆ ਵੀ ਜਿਹੜੀਆਂ ਪ੍ਰਾਈਵੇਟ ਹੋਸਪਿਟਲ ਆ, ਸਾਰੇ ਨਹੀਂ ਕਈ, ਮੈਂ ਕਹੂੰਗਾ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ, ਵੈਸੇ ਤਾਂ ਇਹ ਹਾਇਰ ਹੀ ਕਰ ਲੈਣੇ ਚਾਹੀਦੇ ਆ ਵੀ ਇਲਾਜ ਇੱਥੇ ਫਰੀ ਹੋਵੇ ਗਰੀਬਾਂ ਦਾ। ਦੇਖੋ, ਜੇ ਤਾਂ ਇਹਨਾਂ ਨੇ ਕਰੋਨਾ ਮੁਕਤ ਦੇਸ਼ ਕਰਨਾ, 2 ਸਾਲ ਹੋ ਗਏ, ਨਹੀਂ ਤਾਂ 10 ਸਾਲ ਅਸੀਂ ਬਿਮਾਰੀ ਚੱਲੀ ਜਾਣੀ ਆ। ਕਿਉਂਕਿ ਜੇ ਗਰੀਬ ਬੰਦਾ ਸੋਚ ਡਰਦਾ ਵੀ ਪਤਾ ਨਹੀਂ, ਦੇਖੋ 5-10 ਲੱਖ ਰੁਪਈਆ ਪ੍ਰਾਈਵੇਟ 'ਚ ਲੱਗ ਜਾਂਦਾ, ਸਰਕਾਰੀ 'ਚ
ਨਹੀਂ ਹੱਥ ਖੜੇ ਕਰੀ ਜਾਂਦੇ ਆ ਸਾਡੇ ਕੋਲ ਬੈੱਡ ਨਹੀਂ ਦੱਸੋ ਹੁਣ ਉਹ ਬੰਦਾ ਜਾਊ ਕਿੱਥੇ ਠੀਕ ਹੈ ਨਾ ਜੀ ਫਿਰ ਉਹ ਕੀ ਆ ਉਹ ਕਰੀ ਰਹੂਗਾ ਘਰ ਨਾ ਇੱਕ ਤੋਂ ਚਾਰ ਚਾਰ ਤੋਂ ਛੇ ਚਾਰ ਛੇ ਤੋਂ ਛੇ ਸੌ ਅਤੇ ਇਹ ਜਿਹੜੇ ਆ ਪੈਨਿਕ ਹੋ ਹੀ ਜਾਣੀ ਆ ਵੱਧ ਤੋਂ ਵੱਧ ਪੈਨਿਕ ਹੋਊਗੀ ਸਰਕਾਰਾਂ ਨੂੰ ਸਖ਼ਤ ਕਦਮ ਚੱਕ ਕੇ ਇਹ ਜਿਹੜੇ ਆ ਹਾਇਰ ਕਰਕੇ ਗਰੀਬਾਂ ਦਾ ਬਿਲਕੁਲ ਹੀ ਫਰੀ ਇਲਾਜ ਕਰਨਾ ਚਾਹੀਦਾ ਤਾਂ ਇਹ ਜਿਹੜਾ ਇਹ ਜਿਹੜੀ ਆ ਬਿਮਾਰੀ ਦਾ ਕੋਈ ਹੱਲ ਹੋ ਸਕੇ ਹਾਂਜੀ ਦਰਸ਼ਕੋ ਕਈ ਗੱਲਾਂ 'ਤੇ ਸਰਕਾਰਾਂ 'ਤੇ ਬੜੇ ਸਵਾਲੀਏ ਚਿੰਨ੍ਹ ਲੱਗ ਰਹੇ ਨੇ ਕਿ ਸਰਕਾਰਾਂ ਨੂੰ ਐਂ ਕਰਨਾ ਚਾਹੀਦਾ ਆਹ ਕਰਨਾ ਚਾਹੀਦਾ ਪਰ ਜਿਹੜੀ ਸਰਕਾਰ ਸਾਡੀ ਜਨਤਾ ਦੀ ਆਮ ਜਨਤਾ ਦੀ ਆਵਾਜ਼ ਆ ਉਹ ਸਰਕਾਰਾਂ ਤੱਕ ਕੌਣ ਪਹੁੰਚਾਉਂਦਾ ਮੀਡੀਆ ਪਹੁੰਚਾਉਂਦਾ ਮੀਡੀਆ ਦਾ ਬਹੁਤ ਵੱਡਾ ਰੋਲ ਹੁੰਦਾ ਪ੍ਰਦੀਪ ਜੀ ਆਪਾਂ ਇੱਕ ਗੱਲ ਇਹ ਵੀ ਕਰਨੀ ਹੈ ਕਿ ਜਿਹੜੇ ਕਈ ਪੁਲਿਸ ਮੁਲਾਜ਼ਮ ਨੇ ਸਾਰੇ ਤਾਂ ਨਹੀਂ ਹੈਗੇ ਇਹੋ ਜਿਹੇ ਬਹੁਤ ਇਮਾਨਦਾਰ ਵੀ ਹੈਗੇ ਨੇ ਪੁਲਿਸ ਮੁਲਾਜ਼ਮ ਅਤੇ ਪੁਲਿਸ ਮੁਲਾਜ਼ਮਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਪੁਲਿਸ ਮੁਲਾਜ਼ਮ ਨੇ ਆਮ ਗਰੀਬ ਜਨਤਾ ਨਾਲ ਜਿਹੜੇ ਧੱਕਾ ਕਰ ਰਹੇ ਨੇ ਵਿਚਾਰਿਆਂ ਦੀਆਂ ਰੇਹੜੀਆਂ ਅਤੇ ਸਬਜ਼ੀਆਂ ਖਿਲਾਰ ਦਿੰਦੇ ਨੇ ਫਲ ਫਰੂਟ ਖਿਲਾਰ ਦਿੰਦੇ ਨੇ ਜਿਨ੍ਹਾਂ ਨੇ ਵਿਚਾਰਿਆਂ ਨੇ ਦੋ ਵਕਤ ਦੀ ਰੋਟੀ ਆਪਣਾ ਪਰਿਵਾਰ ਵੀ ਪਾਲਣਾ ਦੇਖੋ ਉਹਨਾਂ ਬਾਰੇ ਰੋਜ਼ ਦੀ ਰੋਜ਼ ਕਮਾਉਣਾ ਰੋਜ਼ ਦੀ ਰੋਜ਼ ਖਾਣਾ ਅਤੇ ਉਹਨਾਂ ਬਾਰੇ ਪੁਲਿਸ ਮੁਲਾਜ਼ਮਾਂ ਬਾਰੇ ਇਹੋ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ 'ਤੇ ਕੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋ ਜੀ ਦੇਖੋ ਪਤਾ ਕੀ ਗੱਲ ਆ ਸਾਰੇ ਨਹੀਂ ਮੈਂ ਕਹੂੰਗਾ ਕੁਛ ਕੁ ਜਿਹੜੀਆਂ ਆਪਣੀਆਂ ਉਹ ਪੁਲਿਸ ਦੀ ਛਵੀ ਬਦਨਾਮ ਕਰ ਰਹੇ ਆ ਇਹ ਪੁਲਿਸ ਮੁਲਾਜ਼ਮਾਂ ਨੂੰ ਵੀ ਜਿਹੜੇ ਵੱਡੇ ਅਫਸਰ ਆ ਉਹਨਾਂ 'ਤੇ ਨਕੇਲ ਕੱਸਣੀ ਪੈਣੀ ਆ ਅਤੇ ਸਰਕਾਰਾਂ ਨੂੰ ਵੀ ਕੋਈ ਸਖ਼ਤ ਕਦਮ ਉਹਨਾਂ 'ਤੇ ਚੱਕਣੇ ਪੈਣੇ ਅਤੇ ਦੂਸਰੀ ਗੱਲ ਦੇਖੋ ਇੱਕ 500-700 ਰੁਪਇਆ ਦਿਹਾੜੀ ਕਮਾਉਂਦਾ ਆਪਦੇ ਬੱਚੇ ਵੀ ਪਾਲਦਾ ਜਿਹੜੇ 7-7 ਹਜ਼ਾਰ ਕਰੋੜ ਰੁਪਈਆ ਲੈ ਕੇ ਬਾਹਰਲੇ ਦੇਸ਼ਾਂ ਕਿਹੜੇ ਗਏ ਆ ਉਹਨਾਂ ਨੂੰ ਕਿਉਂ ਨਹੀਂ ਨਕੇਲ ਪਾਈ ਜਾ ਸਕਦੀ ਆ ਜੇ ਸਰਕਾਰਾਂ ਚਾਹੁਣ ਉਹ ਵਿਜੇ ਮਾਲੀਆ ਅਰਗੇ ਖਰਬਾ ਰੁਪਈਆ ਲੈ ਗਏ ਇਹੋ ਜਿਹਿਆਂ ਨੂੰ ਬੰਨ੍ਹ ਕੇ ਉਰੇ ਲਿਆਉਣ ਉਹਨਾਂ ਦੇਖੋ ਸਰਕਾਰਾਂ ਕੋਲ ਹੱਲ ਹੈਗਾ ਉਹਨਾਂ ਦੇ ਪੈਸੇ ਉਹਨਾਂ ਤੋਂ ਫੜ ਕੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਇੱਧਰਲੇ ਪਾਸੇ ਲਾ ਦੇਣ ਅਤੇ ਦੂਸਰਾ ਦੇਖੋ ਪਤਾ ਨਹੀਂ ਤੁਸੀਂ ਸਰਕਾਰਾਂ ਦੀ ਗੱਲ ਕਰਦੇ ਹੋ ਨਾ ਸਰਕਾਰਾਂ ਦੀ ਜਿਹੜੀ ਗੱਲ ਹੈ ਜਿਵੇਂ ਹੁਣ ਤੁਸੀਂ ਵਿਜੇ ਮਾਲੀਆ ਦੀ ਗੱਲ ਕੀਤੀ ਹੈ ਸਰਕਾਰ ਤਾਂ ਉਹਨਾਂ ਦੀ ਆਪਣੀ ਬਣਾਈ ਹੁੰਦੀ ਹੈ ਉਹ ਕਿਉਂਕਿ ਜਿਹੜੀਆਂ ਇਹੋ ਜਿਹੀਆਂ ਪਾਰਟੀਆਂ ਹੁੰਦੀਆਂ ਸਰਕਾਰਾਂ ਦਾ ਜਿਹੜਾ ਪਾਸਾ ਬੜੀ ਛੇਤੀ ਪਲਟ ਦਿੰਦੀਆਂ ਨੇ ਸਰਕਾਰਾਂ ਨੂੰ ਸਿਰਫ ਆਪਣੀ ਕੁਰਸੀ ਦੀ ਜ਼ਰੂਰਤ ਹੈਗੀ ਆ ਆਪਣੀ ਕੁਰਸੀ ਨੂੰ ਦੇਖਦੇ ਆਮ ਜਨਤਾ ਬਾਰੇ ਨਹੀਂ ਕੋਈ ਦੇਖਦਾ ਉਹ ਗਰਾਸ ਰੂਟ ਲੈਵਲ ਤੋਂ ਆ ਕੇ ਸੜਕਾਂ 'ਤੇ ਨਿਕਲ ਕੇ ਦੇਖਣ ਕਿ ਜਿਹੜੀ ਸਾਡੀ ਆਮ ਜਨਤਾ ਹੈ ਉਹ ਕਿਵੇਂ ਭੁੱਖੇ ਮਰ ਰਹੇ ਨੇ ਕਿਵੇਂ ਸਾਡੀ ਜਨਤਾ ਬਿਲ ਕਰੀ ਹੈ ਕਿਵੇਂ ਮੌਤਾਂ ਹੋ ਰਹੀਆਂ ਨੇ ਔਰ ਮੌਤਾਂ ਤੋਂ ਬਾਅਦ ਲਾਸ਼ਾਂ ਦਾ ਕਿਵੇਂ ਉਹਨਾਂ ਦਾ ਦੁਰਦਸ਼ਾ ਹੋ ਰਹੀ ਹੈ ਉਹ ਕੀ ਕਰ ਸਕਦੇ ਨੇ ਅਤੇ ਉਹਨਾਂ ਬਾਰੇ ਆਪਾਂ ਵੱਡੇ ਲੋਕਾਂ ਨੂੰ ਕੁਛ ਨਹੀਂ ਕਹਿੰਦੇ ਸਰਕਾਰਾਂ ਨੂੰ ਕੁਛ ਨਹੀਂ ਕਹਿੰਦਾ ਹੈਗਾ ਅਤੇ ਆਮ ਜਨਤਾ ਜਿਹੜੀ ਹੈਗੀ ਉਹਨਾਂ ਦਾ ਕੀ ਹਾਲ ਹੈ ਇਹਨਾਂ ਬਾਰੇ ਇਹਨਾਂ ਦੀ ਸੁਣਵਾਈ ਆਮ ਜਨਤਾ ਦੀ ਹੈ ਉਹ ਕੌਣ ਕਰੂਗਾ ਦੇਖੋ ਇੱਥੇ ਮੀਡੀਆ ਦਾ ਰੋਲ ਵਧੀਆ ਪਲੇ ਹੋਣਾ ਚਾਹੀਦਾ ਨੈਸ਼ਨਲ ਮੀਡੀਆ ਤਾਂ ਪਹਿਲਾਂ ਜਿਵੇਂ ਕਹਿ ਰਹੇ ਸੀ ਵੱਖਵਾਦੀ ਅੱਤਵਾਦੀ ਹੁਣ ਨਹੀਂ ਕਹਿੰਦੇ ਉਹੀ ਸਰਦਾਰ ਨੇ ਵਿਚਾਰੇ ਨੇ ਉਹੀ ਗੁਰਦੁਆਰੇ ਨੇ ਪਹਿਲਾਂ ਕਹਿੰਦੇ ਗੁਰਦੁਆਰੇ ਕਿਉਂ ਆਉਣੇ ਚਾਹੀਦੇ ਆ ਮੈਂ ਕੱਲ੍ਹ ਵੀ ਸ਼ਾਇਦ ਤੁਹਾਨੂੰ ਗੱਲ ਕਹੀ ਸੀ ਵੀ ਇਸੇ ਤਰ੍ਹਾਂ ਖੁੱਲ੍ਹ ਦਿੱਲੀ ਕਰ ਨਾਲ ਜੇ ਮੰਦਰਾਂ ਵਾਲੇ ਵੀ ਭਰਾ ਆਪਣੇ ਜਿਹੜੇ 50% ਪੈਸੇ ਲਾ ਕੇ ਆਪਣੇ ਮੰਦਰ ਦੇ ਨਾਲ ਮੰਦਰ ਦੇ ਨਾਂ 'ਤੇ ਹਸਪਤਾਲ ਬਣਾ ਦੇਣ ਹੁਣ ਸਮਾਂ ਦੇਖੋ ਭਗਵਾਨ ਨੂੰ ਪੈਸੇ ਦੀ ਲੋੜ ਨਹੀਂ ਹੈ ਹੁਣ ਮਾਨਵਤਾ ਬਚਾਉਣ ਦੀ ਗੱਲ ਆ ਇੱਥੇ ਰਲ ਕੇ ਹੰਬਲਾ ਮਾਨ ਸਰਕਾਰਾਂ ਮਾਨ ਐਨ ਜੀ ਓ ਮਾਨ ਆਹ ਹਿਊਮਨ ਰਾਈਟ ਵਾਲਿਆਂ ਦਾ ਤਾਂ ਮੈਨੂੰ ਲੱਗਦਾ ਵੀ ਇਹ ਸੁੱਤੇ ਹੀ ਪਏ ਨੇ ਇਹਨਾਂ ਨੂੰ ਵੀ ਥੋੜ੍ਹਾ ਜਾਗਣਾ ਪੈਣਾ ਨਾਲੇ ਵੀ ਜਾਗ ਕੇ ਨਾਲ ਹੰਬੜਾ ਮਾਨ ਅਤੇ ਕੱਡੀਆਂ ਪਲੇਟਾਂ ਲਗਾਉਣ ਨਾਲ ਕੰਮ ਨਹੀਂ ਬਣਦਾ ਦੇਖੋ ਤੁਸੀਂ ਵੀ ਨਾਲ ਲੱਗੋ ਜਿਹੜਾ ਮਾਨਵਤਾ ਦਾ ਘਾਣ ਹੋ ਰਿਹਾ ਇਹ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਐਨ ਜੀ ਓ ਨੂੰ ਸਰਕਾਰਾਂ ਨੂੰ ਇਹ ਰਲ ਕੇ ਹੰਬਰਾਂ ਮਾਰੋ ਦੇਖੋ ਭਾਰਤ ਦਾ ਜਿਹੜਾ ਇਸ ਟਾਈਮ ਬੜਾ ਦਰਦਨਾਕ ਮੰਜ਼ਰ ਆ ਇਹ ਸਾਰੇ ਜਾਣੇ ਹੰਬਲਾ ਮਾਰਨਗੇ ਤਾਂ ਹੀ ਇਸ ਮਸਲੇ ਦਾ ਹੱਲ ਹੋਊਗਾ ਤਾਂ ਹੀ ਇਹ ਜਿਹੜੀ ਬਿਮਾਰੀ ਆ ਖਤਮ ਹੋਊਗੀ ਨਹੀਂ ਹਾਂਜੀ ਜੀ ਦਰਸ਼ਕੋ ਪ੍ਰਦੀਪ ਜੀ ਨੇ ਬਹੁਤ ਹੀ ਸਾਫ਼ ਸਪਸ਼ਟਾਂ ਸ਼ਬਦਾਂ ਦੇ ਵਿੱਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਬਲਾ ਮਾਰਨਾ ਚਾਹੀਦਾ ਤਾਂ ਹੀ ਅਸੀਂ ਇਹੀ ਜਿਹੀ ਬਿਮਾਰੀ ਤੋਂ ਤਾਂ ਹੀ ਅਸੀਂ ਆਪਣੇ ਦੇਸ਼ ਦੇ ਹਾਲਾਤ ਜਿਹੜੇ ਹੈ ਸੁਧਾਰ ਸਕਦੇ ਹਾਂ ਅਤੇ ਇਕੱਲੀਆਂ ਆਪਾਂ ਸਰਕਾਰਾਂ 'ਤੇ ਡਿਪੈਂਡ ਨਾ ਰਹੀ ਆਪਾਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰਕੇ ਸਾਰੇ ਆਪਾਂ ਆਪਣਾ ਮਿਲਦਾ ਯੋਗਦਾਨ ਪਾਈਏ ਸਾਰੇ ਇੱਕ ਦੂਜੇ ਦਾ ਯੋਗਦਾਨ ਪਾਉਣ ਤਾਂ ਹੀ ਆਪਾਂ ਆਪਣੇ ਦੇਸ਼ ਨੂੰ ਅੱਗੇ ਤਰੱਕੀ ਵੱਲ ਲੈ ਕੇ ਜਾ ਸਕਦੇ ਹਾਂ ਇਹੋ ਜਿਹੀ ਮਹਾਂਮਾਰੀ ਤੋਂ ਨਿਜਾਤ ਪਾ ਸਕਦੇ ਹਾਂ ਪ੍ਰਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਹੀ ਵਡਮੁੱਲੀਆਂ ਗੱਲਾਂ ਦੱਸੀਆਂ ਨੇ ਅਤੇ ਦਰਸ਼ਕੋ ਤੁਹਾਡਾ